ਉਹ ਐਵੇਂ ਅੰਮ੍ਰਿਤਸਰ ਬੋਲੀ ਜਾਂਦਾ ਯਾਰ, ਉਹਨਾਂ ਦਾ ਇਹ ਪਤਾ ਨੀ ਹੈ। ਬਾਅਦ ਮੈਂ MLA ਸਰਕਾਰ ਉਹ ਤੋੜ ਦਿਆਂਗੇ ਜੀ, ਆਹ ਕਰ ਦਿਆਂਗੇ। ਕਿੱਦਾਂ ਤੋੜ ਦਿਆਂਗੇ? ਪੰਜਾਬ ਚ ਤੋੜ ਕੇ ਦਿਖਾਉਣਾ ਜਿਹੜਾ ਆ ਪੰਜਾਬੀ ਵਾਲੇ ਇਕੱਲੇ ਕਿਸਾਨ ਨੀ ਬੈਠੇ ਉੱਥੇ ਜਾ ਕੇ ਪੰਜਾਬ ਚ ਧੱਕਾ ਕਰਕੇ ਦਿਖਾਉਣ, ਕਿੱਦਾਂ ਸਰਕਾਰ ਤੋੜ ਦੇਣਗੇ ਸਾਡੀ? ਸਾਡੀ ਸਰਕਾਰ ਗਲਤ ਕੰਮ ਕਰਨ ਦੀ ਕੋਈ? ਤੋੜ ਕੇ ਦਿਖਾਉਣ, ਫਿਰ ਵੇਖਾਂਗੇ ਉਹਨਾਂ ਨਾਲ ਕਿੱਦਾਂ ਤੋੜਦੇ। ਇਸੇ ਕਰਕੇ ਚੱਲੇ ਉਹ, ਪਤਾ ਨੀ ਗਰਮੀ ਬੜੀ ਆ ਨਾ। ਹਾਂ, AC ਲਾ ਕੇ ਸੁੱਤੇ ਹੋਏ ਨੇ, ਸਾਡੇ ਵਰਗੇ ਕਮਰੇ ਥੋੜੇ ਹੋ। ਅਸੀਂ ਜੋ ਹੁਣ ਤੁਰਨਾ ਰਾਤ ਦੇ 3 ਵਜਣੇ ਆ ਸਬਜੈਕਟ ਦੀ ਗੱਲ। ਉਹਨਾਂ ਦੀਆਂ ਪਾਰਟੀਆਂ ਦਾ ਹੋਰ ਕੰਮ ਆ, ਉਹ ਪੈਸੇ ਦਾ ਸ਼ਰਾਬਾਂ ਦਾ ਕਰਦੇ ਆ, ਅਸੀਂ ਇੱਦਾਂ ਮਿਹਨਤ ਕਰਕੇ ਕਰਦੇ, ਸਾਡਾ ਉਹਨਾਂ ਦਾ ਫਰਕ ਹੈ। ਅਸੀਂ ਤਾਂ ਦੇਖੋ ਪਿੰਡ ਵਾਲਿਆਂ ਕਿਹਾ ਸਕੂਲ ਬਣਾ, ਆਪਾਂ ਇਹਨਾਂ ਨੂੰ ਕਹਿਤਾ ਕਿ ਤੁਹਾਡਾ ਸਕੂਲ 8ਵੀਂ ਦਾ ਬਣਾਓ। ਅਸੀਂ ਤਾਂ ਸਰ ਸ਼ਰਾਬਾਂ ਨਹੀਂ ਵੰਡਣੀਆਂ, ਪੈਸੇ ਨਹੀਂ ਵੰਡਣੇ, ਅਸੀਂ ਜਿੱਥੇ ਵੰਡਣੇ ਸੜਕਾਂ, ਸਕੂਲ, ਹਸਪਤਾਲ, ਅਸੀਂ ਉਹ ਚੀਜ਼ਾਂ ਵੰਡਣੀਆਂ, ਅਸੀਂ ਲੋਕਾਂ 'ਚ ਰਹਿੰਦੇ। MLA ਦੀ ਅੱਜ ਸਟਾਰਟ ਹੋ ਗਈ, 422 ਮੀਟਿੰਗਾਂ ਹੋ ਗਈ, ਕੱਲ੍ਹ ਤੱਕ 422, ਅੱਜ 3 ਹੋ ਗਈਆਂ ਸਵੇਰ, 425 ਮੀਟਿੰਗਾਂ ਮੈਂ ਕਰਤੀਆਂ, ਤੁਸੀਂ ਹਿਸਾਬ ਲਾ ਲਓ, ਔਰ ਰਾਤ ਤੱਕ ਵੇਖੋ ਕਿੰਨੀਆਂ ਹੋਣੀਆਂ। ਹਾਂ, ਉਹਨਾਂ ਦਾ ਕੰਮ ਹੀ ਇਹ ਸੀਗਾ ਕਿ ਲੋਕਾਂ ਨੂੰ ਲੜਾਓ, ਲੋਕਾਂ ਦੇ ਝੂਠੇ ਪਰਚੇ ਕਰਾਓ। ਦੇਖੋ ਪਰਚੇ ਆਪਾਂ ਵੀ ਕਰਾ ਸਕਦੇ, ਸਾਡੇ ਕੋਲ ਤਾਕਤ ਹੈ, ਪਾਵਰ ਹੈ, ਪਰ ਮੈਂ ਕਿਸੇ ਅਕਾਲੀ ਤੇ ਕਿਸੇ ਕਾਂਗਰਸੀ ਤੇ ਕਿਸੇ ਭਰਾ ਤੇ ਕਦੀ ਪਰਚਾ ਨਹੀਂ ਕਰਾ। ਮੈਂ ਹਮੇਸ਼ਾ ਪੁਲਿਸ ਨੂੰ ਕਹਿੰਦਾ ਰਾਜਨਾਮਾ ਕਰਾ। ਆਪਾਂ ਉਹ ਸਿਆਸਤ ਜਿਹੜੀ ਆ ਉਹ ਨਹੀਂ ਕਰਨੀ, ਵਿਕਾਸ ਦੀ ਸਿਆਸਤ ਹੋਣੀ ਚਾਹੀਦੀ। ਕਾਂਗਰਸੀ ਵੀ ਕਰਨ, ਅਕਾਲੀ ਵੀ ਕਰਨ, ਹਰ ਇੱਕ ਨੂੰ ਦਿਖਾ ਦਾ, ਪਰ ਉਹ ਵਿਕਾਸ ਕਰਨ। ਲੋਕਾਂ ਦੇ ਝੂਠੇ ਬੱਚੇ ਕਰਾਉਣੇ ਯਾਰ, ਇਹ ਬਹੁਤ ਮਾੜੀ ਗੱਲ। ਮੈਂ ਦੇਖੋ CM ਸਾਹਿਬ ਨੇ ਕਿਹਾ, ਉਹਨਾਂ ਦਾ ਧੰਨਵਾਦ, ਬਾਕੀ ਮਿਲਣਾ ਹੋ ਜੋ ਪਰਮਾਤਮਾ ਨੇ ਦੇ। ਪਾਰਟੀ ਨੇ ਪਹਿਲਾਂ ਮੰਤਰੀਸ਼ਿਪ ਦਿੱਤੀ, ਪਾਰਟੀ ਨੇ ਪਹਿਲਾਂ ਟਿਕਟ ਦਿੱਤੀ, ਫਿਰ ਮੰਤਰੀ ਬਣਾਇਆ, ਪਾਰਟੀ ਦਾ MP ਬਣਾਇਆ, ਜੇ ਉੱਤੇ ਡਿਊਟੀ ਲੱਗ ਗਈ ਉਹ ਵੀ ਪੂਰੀ ਕਰਦੇ। ਇਹ ਤਾਂ ਮਤਲਬ ਇਹ ਆ ਕਿ ਹਰ ਪਾਸੇ ਝਾੜੂ ਝਾੜੂ ਤੇ ਝਾੜੂ। ਉਹ ਐਵੇਂ ਅੰਮ੍ਰਿਤਸਰ ਬੋਲੀ ਜਾਂਦਾ ਯਾਰ, ਉਹਨਾਂ ਦਾ ਇਹ ਪਤਾ ਨੀ ਹੈ। ਬਾਅਦ ਮੈਂ MLA ਸਰਕਾਰ ਉਹ ਤੋੜ ਦਿਆਂਗੇ ਜੀ, ਆਹ ਕਰ ਦਿਆਂਗੇ। ਕਿੱਦਾਂ ਤੋੜ ਦਿਆਂਗੇ? ਪੰਜਾਬ ਚ ਤੋੜ ਕੇ ਦਿਖਾਉਣਾ ਜਿਹੜਾ ਆ ਪੰਜਾਬੀ ਵਾਲੇ ਇਕੱਲੇ ਕਿਸਾਨ ਨੀ ਬੈਠੇ ਉੱਥੇ ਜਾ ਕੇ ਪੰਜਾਬ ਚ ਧੱਕਾ ਕਰਕੇ ਦਿਖਾਉਣ, ਕਿੱਦਾਂ ਸਰਕਾਰ ਤੋੜ ਦੇਣਗੇ ਸਾਡੀ? ਸਾਡੀ ਸਰਕਾਰ ਗਲਤ ਕੰਮ ਕਰਨ ਦੀ ਕੋਈ? ਤੋੜ ਕੇ ਦਿਖਾਉਣ, ਫਿਰ ਵੇਖਾਂਗੇ ਉਹਨਾਂ ਨਾਲ ਕਿੱਦਾਂ ਤੋੜ ਦੇ। ਇਸੇ ਕਰਕੇ ਚੱਲੇ ਉਹ, ਐਵੇਂ ਅੰਮ੍ਰਿਤਸਰ ਬੋਲੀ ਜਾਂਦਾ ਯਾਰ, ਉਹਨਾਂ ਦਾ ਇਹ ਪਤਾ ਨੀ ਹੈ। ਬਾਅਦ ਮੈਂ MLA ਸਰਕਾਰ ਉਹ ਤੋੜ ਦਿਆਂਗੇ ਜੀ, ਆਹ ਕਰ ਦਿਆਂਗੇ। ਕਿੱਦਾਂ ਤੋੜ ਦਿਆਂਗੇ? ਪੰਜਾਬ ਚ ਤੋੜ ਕੇ ਦਿਖਾਉਣਾ ਜਿਹੜਾ ਆ ਪੰਜਾਬੀ ਵਾਲੇ ਇਕੱਲੇ ਕਿਸਾਨ ਨੀ ਬੈਠੇ ਉੱਥੇ ਜਾ ਕੇ ਪੰਜਾਬ ਚ ਧੱਕਾ ਕਰਕੇ ਦਿਖਾਉਣ, ਕਿੱਦਾਂ ਸਰਕਾਰ ਤੋੜ ਦੇਣਗੇ ਸਾਡੀ? ਸਾਡੀ ਸਰਕਾਰ ਗਲਤ ਕੰਮ ਕਰਨ ਦੀ ਕੋਈ? ਤੋੜ ਕੇ ਦਿਖਾਉਣ, ਫਿਰ ਵੇਖਾਂਗੇ ਉਹਨਾਂ ਨਾਲ ਕਿੱਦਾਂ ਤੋੜਦੇ। ਇਸੇ ਕਰਕੇ ਚੱਲੇ ਉਹ, ਪਤਾ ਨੀ ਗਰਮੀ ਬੜੀ ਆ ਨਾ। ਹਾਂ, AC ਲਾ ਕੇ ਸੁੱਤੇ ਹੋਏ ਨੇ, ਸਾਡੇ ਵਰਗੇ ਕਮਰੇ ਥੋੜੇ ਹੋ। ਅਸੀਂ ਜੋ ਹੁਣ ਤੁਰਨਾ ਰਾਤ ਦੇ 3 ਵਜਣੇ ਆ ਸਬਜੈਕਟ ਦੀ ਗੱਲ। ਉਹਨਾਂ ਦੀਆਂ ਪਾਰਟੀਆਂ ਦਾ ਹੋਰ ਕੰਮ ਆ, ਉਹ ਪੈਸੇ ਦਾ ਸ਼ਰਾਬਾਂ ਦਾ ਕਰਦੇ ਆ, ਅਸੀਂ ਇੱਦਾਂ ਮਿਹਨਤ ਕਰਕੇ ਕਰਦੇ, ਸਾਡਾ ਉਹਨਾਂ ਦਾ ਫਰਕ ਹੈ। ਅਸੀਂ ਤਾਂ ਦੇਖੋ ਪਿੰਡ ਵਾਲਿਆਂ ਕਿਹਾ ਸਕੂਲ ਬਣਾ, ਆਪਾਂ ਇਹਨਾਂ ਨੂੰ ਕਹਿਤਾ ਕਿ ਤੁਹਾਡਾ ਸਕੂਲ 8ਵੀਂ ਦਾ ਬਣਾਓ। ਅਸੀਂ ਤਾਂ ਸਰ ਸ਼ਰਾਬਾਂ ਨਹੀਂ ਵੰਡਣੀਆਂ, ਪੈਸੇ ਨਹੀਂ ਵੰਡਣੇ, ਅਸੀਂ ਜਿੱਥੇ ਵੰਡਣੇ ਸੜਕਾਂ, ਸਕੂਲ, ਹਸਪਤਾਲ, ਅਸੀਂ ਉਹ ਚੀਜ਼ਾਂ ਵੰਡਣੇ, ਅਸੀਂ ਲੋਕਾਂ 'ਚ ਰਹਿੰਦੇ। MLA ਦੀ ਅੱਜ ਸਟਾਰਟ ਹੋ ਗਈ, 425 ਮੀਟਿੰਗਾਂ ਹੋ ਗਈਆਂ, ਕੱਲ੍ਹ ਤੱਕ 422, ਅੱਜ 3 ਹੋ ਗਈਆਂ ਸਵੇਰ, 425 ਮੀਟਿੰਗਾਂ ਮੈਂ ਕਰਤੀਆਂ, ਤੁਸੀਂ ਹਿਸਾਬ ਲਾ ਲਓ, ਔਰ ਰਾਤ ਤੱਕ ਵੇਖੋ ਕਿੰਨੀਆਂ ਹੋਣੀਆਂ। ਹਾਂ, ਉਹਨਾਂ ਦਾ ਕੰਮ ਹੀ ਇਹ ਸੀਗਾ ਕਿ ਲੋਕਾਂ ਨੂੰ ਲੜਾਓ, ਲੋਕਾਂ ਦੇ ਝੂਠੇ ਪਰਚੇ ਕਰਾਓ। ਦੇਖੋ ਪਰਚੇ ਆਪਾਂ ਵੀ ਕਰਾ ਸਕਦੇ, ਸਾਡੇ ਕੋਲ ਤਾਕਤ ਹੈ, ਪਾਵਰ ਹੈ, ਪਰ ਮੈਂ ਕਿਸੇ ਅਕਾਲੀ ਤੇ ਕਿਸੇ ਕਾਂਗਰਸੀ ਦੇ ਕਿਸੇ ਭਰਾ ਤੇ ਕਦੀ ਪਰਚਾ ਨਹੀਂ ਕਰਾ। ਮੈਂ ਹਮੇਸ਼ਾ ਪੁਲਿਸ ਨੂੰ ਕਹਿੰਦਾ ਰਾਜਨਾਮਾ ਕਰਾ। ਆਪਾਂ ਉਹ ਸਿਆਸਤ ਜਿਹੜੀ ਆ ਉਹ ਨਹੀਂ ਕਰਨੀ, ਵਿਕਾਸ ਦੀ ਸਿਆਸਤ ਹੋਣੀ ਚਾਹੀਦੀ।
ਕਾਂਗਰਸ ਵੀ ਕਰਦਾ, ਅਕਾਲੀ ਵੀ ਕਰਦਾ, ਹਰ ਇੱਕ ਨੂੰ ਦਿਖਾਦਾ, ਪਰ ਉਹ ਵਿਕਾਸ ਕਰ, ਲੋਕਾਂ ਦੇ ਝੂਠੇ ਬੱਚੇ ਕਰਾਉਣੇ ਯਾਰ, ਇਹ ਬਹੁਤ ਮਾੜੀ ਗੱਲ। ਮੈਂ ਦੇਖੋ ਸੀਐਮ ਸਾਹਿਬ ਨੇ ਕਿਹਾ, ਉਹਨਾਂ ਦਾ ਧੰਨਵਾਦ, ਬਾਕੀ ਮਿਲਣਾ ਉਹ ਜੋ ਪਰਮਾਤਮਾ ਨੇ ਦੇ। ਪਾਰਟੀ ਨੇ ਪਹਿਲਾਂ ਮੰਤਰੀਸ਼ਿਪ ਦਿੱਤੀ, ਪਾਰਟੀ ਨੇ ਪਹਿਲਾਂ ਟਿਕਟ ਦਿੱਤੀ, ਫਿਰ ਮੰਤਰੀ ਬਣਾਇਆ, ਪਾਰਟੀ ਦਾ ਐਮ ਪੀ ਬਣਾਇਆ, ਜੇ ਉੱਤੇ ਡਿਊਟੀ ਲੱਗ ਗਈ ਉਹ ਵੀ ਪੂਰੀ ਕਰਦੇ। ਇਹਦਾ ਮਤਲਬ ਇਹ ਹੈ ਕਿ ਹਰ ਪਾਸੇ ਝਾੜੂ ਝਾੜੂ ਤੇ ਝਾੜੂ। ਉਹ ਐਵੇਂ ਅੰਮ੍ਰਿਤਸਰ ਬੋਲੀ ਜਾਂਦਾ ਯਾਰ, ਉਹਨਾਂ ਦਾ ਇਹ ਪਤਾ ਨੀ ਹੈ। ਬਾਨਵੇਂ ਐਮ ਐਲ ਏ ਸਰਕਾਰ ਉਹ ਤੋੜ ਦਿਆਂਗੇ ਜੀ, ਆਹ ਕਰ ਦਿਆਂਗੇ, ਕਿੱਦਾਂ ਤੋੜ ਦਿਆਂਗੇ, ਪੰਜਾਬ ਚ ਤੋੜ ਕੇ ਦਿਖਾਉਣਾ ਜਿਹੜਾ, ਆਹ ਪੰਜਾਬੀ ਦੇ ਇਕੱਲੇ ਕਿਸਾਨ ਹੀ ਬੈਠੇ ਉੱਥੇ ਜਾ ਕੇ, ਪੰਜਾਬ ਚ ਧੱਕਾ ਕਰਕੇ ਦਿਖਾਉਣ, ਕਿੱਦਾਂ ਸਰਕਾਰ ਤੋੜ ਦੇਣਗੇ ਸਾਡੀ, ਸਾਡੀ ਸਰਕਾਰ ਗਲਤ ਕੰਮ ਕਰਨ ਦੀ ਕੋਈ, ਤੋੜ ਕੇ ਦਿਖਾਉਣ, ਫਿਰ ਵੇਖਾਂਗੇ ਉਹਨਾਂ ਨਾਲ ਕਿੱਦਾਂ ਤੋੜ ਦੇ। ਇਸੇ ਕਰਕੇ ਚੱਲੇ।